ਘਟਨਾ ਵਾਪਰੀ ਆ ਰਾਤ ਤੁਹਾਡੀ? ਇਹ ਜੀ ਸਵੇਰੇ ਆਏ ਆ, ਜਿੰਦਰੇ ਟੁੱਟੇ ਪਏ ਸੀ ਤੇ ਜਦੋਂ ਅੰਦਰ ਆ ਕੇ ਗੋਲਕ ਸਾਗ ਵੀ ਹੈਨੀ ਸੀਗਾ ਜੀ, ਤੇ ਨਸ਼ੇ ਵਾਲਿਆਂ ਦਾ ਕੰਮ ਆਇਆ, ਬਹੁਤ ਬੁਰਾ ਹਾਲ ਆਇਆ ਪਿਆ। ਤੇ ਬਈ ਇਹ ਫਿਰ ਗੋਲਕ ਪਿੱਛੇ ਮਿਲਿਆ ਖੇਤਾਂ ਚ? ਹਾਂਜੀ, ਖੇਤਾਂ ਚ ਮਿਲਿਆ, ਕਿੱਲਾ ਡੇਢ ਕਿੱਲਾ ਦੂਰ। ਸਾਰਿਆਂ ਨੇ ਵੇਖਿਆ, ਕੈਮਰੇ ਚੈੱਕ ਕੀਤੇ, ਸਾਰਾ ਕੁਝ ਪਤਾ ਲੱਗ ਗਿਆ। ਸਾਡਾ ਪਿੰਡ ਸਰੂਪੇ ਵਾਲਾ, ਸ਼ਹਿਰ ਗੁਰੂਆ ਸਾਹਿਬ। ਬਈ ਰਾਤ ਤਕਰੀਬਨ 1 ਵਜੇ ਸਾਡੇ ਪਿੰਡ ਵਿਚ ਚੋਰੀ ਹੋਈ ਆ, ਤੇ ਸੁਬਹ ਜਦੋਂ ਆਪਣੇ ਪਾਠੀ ਸਾਹਿਬ ਆਏ ਆ ਪਾਠ ਕਰਨ ਵਾਸਤੇ, ਦੇਖਿਆ ਵੀ ਗੋਲਕ ਵੀ ਚੋਰੀ ਹੋਈ ਪਈ ਆ। ਗੋਲਕ ਡੇਢ ਕਿੱਲਾ ਵਾਟ ਦੂਰ ਪਈ ਸੀਗੀ, ਫਿਰ ਉੱਥੋਂ ਲਿਆ ਕੇ ਸਾਨੂੰ ਪਤਾ ਲੱਗਿਆ, ਫਿਰ ਤੁਹਾਨੂੰ ਸੱਦਿਆ, ਜਿਵੇਂ ਫਿਰ ਮੁਲਾਇਮ ਆਏ ਖੜੇ ਆ, ਸਾਡੇ ਪਿੰਡ ਨੂੰ ਇਨਸਾਫ ਮਿਲਣਾ ਚਾਹੀਦਾ, ਜਿਹੜੀ ਗੁਰੂ ਘਰ ਚੋਰੀ ਹੋਈ ਆ ਇਹਨਾਂ ਨੂੰ ਸਖ਼ਤ ਸਖ਼ਤ ਸਜ਼ਾ ਹੋਣੀ ਚਾਹੀਦੀ ਬਾਈ ਜੀ। ਇਹ ਵੀ ਗਾਂ ਵਾਸਤੇ ਗੁਰਦੁਆਰਾ ਸਾਹਿਬ ਇਹ ਚੋਰੀ ਨਾ ਕਰਨ, ਆਪਾਂ ਕਹਿ ਦਿੰਦੇ ਹਾਂ ਵੀ ਇਹ ਜੇ ਬੰਦੇ ਨੂੰ ਫਾਂਸੀ ਸਜ਼ਾ ਚਾਹੀਦੀ, ਇਹ ਕਤਲ ਨਾਲੋਂ ਭੈੜਾ ਕੰਮ ਕੀਤਾ ਇਹਨਾਂ ਨੇ, ਗੁਰਦੁਆਰੇ ਵੀ ਨਹੀਂ ਛੱਡੇ। ਹਾਂ, ਗੁਰਦੁਆਰੇ ਵੀ ਨਹੀਂ ਛੱਡੇ, ਇਹ ਜੇ ਬੰਦੇ ਨੂੰ ਬਾਹਰ ਨਹੀਂ ਆਉਣਾ ਚਾਹੀਦਾ। ਅੱਜ ਕੱਲ੍ਹ ਨਸ਼ੇ ਵਾਲੇ ਫੜਿੰਦੇ ਆ, ਮਹੀਨੇ ਬਾਅਦ ਜਮਾਨਤ ਹੋ ਜਾਂਦੀ ਆ, ਘੱਟੋ ਘੱਟ 10 ਸਾਲ ਸਜ਼ਾ ਹੋਣੀ ਚਾਹੀਦੀ ਵੀ ਨਸ਼ੇ ਵਾਲੇ ਬੰਦੇ ਦੀ ਵੀ, ਜਿਹੜਾ ਨਸ਼ਾ ਵੇਚਦਾ। ਇਹ ਮੇਨ ਕਾਰਨ ਨਸ਼ੇ ਕਰਕੇ ਹੀ ਆ ਬਾਈ ਜੀ, ਅਗਲਾ ਨਸ਼ੇ ਕਰਕੇ ਗੁਰਦੁਆਰੇ ਤੋਂ ਚੋਰੀ ਕਰਦਾ, ਜਦੋਂ ਅਗਲਾ ਨਸ਼ਾ ਮਿਲਦਾ ਨੀ ਗਾ, ਘਰੋਂ ਮਿਲਦਾ ਨੀ ਗਾ, ਫਿਰ ਉਹ ਬੰਦੇ ਚੋਰੀ ਕਰਦੇ ਗੁਰੂ ਘਰ। ਵਾਪਰੀ ਆ ਜੀ, ਪਹੁੰਚਿਓ ਮੌਕੇ ਤੇ ਜੀ। ਇਹ ਗੁਰਦੁਆਰਾ ਸਾਹਿਬ ਇੱਥੇ ਹੈਗੇ ਤੇ ਇਹਦੇ ਵਿੱਚ ਦੇਖੀਏ, ਦੋ ਲੜਕੇ ਸੀਗੇ, ਉਹਨਾਂ ਨੇ ਗੋਲਕ ਤੇ ਚੋਰੀ ਕੀਤੀ ਗਈ ਆ। ਸੋ ਹਾਲੇ ਇੰਨਾ ਕੁ ਤਾਂ ਪਤਾ ਲੱਗਿਆ ਵੀਡੀਓ ਵਗੈਰਾ ਦੇਖ ਕੇ, ਤੇ ਵੱਧ ਤੋਂ ਵੱਧ ਕਿਉਂਕਿ ਅਸੀਂ ਆਪਣੀ ਫੋਰਸ ਇੱਥੇ ਲਗਾਈ ਹੈਗੀ, ਅਤੇ ਉਹਨਾਂ ਨੂੰ ਰਾਊਂਡ ਅਪ ਕਰਕੇ ਅਤੇ ਅਸੀਂ ਜਿਸ ਤਰ੍ਹਾਂ ਦੀ ਸੁਰਤ ਹੋਈ ਕਾਰਵਾਈ ਅਸੀਂ ਕਰਾਂਗੇ ਜੀ। ਸਾਰਿਆਂ ਨੂੰ ਅਸੀਂ ਇਹੀ ਬੇਨਤੀ ਕਰਦੇ ਹਾਂ, ਅਸੀਂ ਕੱਲ੍ਹ ਵੀ ਅਸੀਂ ਸਾਰੇ ਡੋਰ ਜਾ ਕੇ ਆਪਾਂ ਪਿੰਡਾਂ ਦੇ ਵਿੱਚ ਇਹੀ ਬੇਨਤੀ ਕੀਤੀ ਵੀ ਆਪਣੇ ਗੁਰਦੁਆਰਾ ਸਾਹਿਬ ਹੋ ਗਏ, ਮੰਦਰ ਹੋ ਗਏ, ਜਿਹੜੇ ਵੀ ਤੁਹਾਡੇ ਧਾਰਮਿਕ ਸਥਲ ਹੈਗੇ, ਵੀ ਜ਼ਰੂਰ ਆਪਣੇ ਦੋ ਦੋ ਬੰਦੇ ਜ਼ਰੂਰ ਉੱਥੇ ਰਾਤ ਨੂੰ ਠਹਿਰਾਓ, ਜਿੱਥੇ ਤੁਹਾਨੂੰ ਲੋੜ ਪੈਂਦੀ ਹੈਗੀ, ਜਿੱਥੇ ਜਿਸ ਵੇਲੇ ਵੀ ਪੈਂਦੀ ਹੈਗੀ, ਅਸੀਂ 24 ਘੰਟੇ ਹਾਜ਼ਰ ਹੈਗੇ ਹਾਂ। ਸੋ ਕਾਇੰਡਲੀ ਸਾਰਿਆਂ ਨੂੰ ਇਹੀ ਬੇਨਤੀ ਹੈਗੀ ਵੀ ਅਸੀਂ ਅੱਜ ਵੀ ਅਸੀਂ ਇੱਥੇ ਜਿਹੜੇ ਦੁਕਾਨਾਂ ਵਾਲਿਆਂ ਨੂੰ ਸਾਰਿਆਂ ਨੂੰ ਇਕੱਠੇ ਕੀਤਾ ਹੈਗਾ ਵੀ ਉੱਥੇ ਹੀ ਚੌਕੀਦਾਰ ਖਾ ਰਹੇ ਹੈਗੇ। ਸੋ ਬੇਸਿਕਲੀ ਧੁੰਦਾਂ ਦਾ ਮੌਸਮ ਹੈਗਾ ਵੀ, ਪੁਲਿਸ ਜੇ ਪੈਟਰੋਲਿੰਗ ਵੀ ਕਰਦੀ ਗਈ ਤਾਂ ਵੀ ਸਾਨੂੰ ਥੋੜ੍ਹੀ ਪ੍ਰੋਬਲਮ ਆ ਰਹੀ ਹੈਗੀ ਹੈ, ਇਹ ਪਿੰਡ ਟੂ ਪਿੰਡ ਆਪਾਂ ਤੋਂ ਕਈ ਵਾਰੀ ਨਹੀਂ ਜਾ ਹੁੰਦਾ। ਤੋ ਸਾਰੇ ਪਿੰਡ ਵਾਸੀਆਂ ਨੂੰ ਹੈਗਾ ਵੀ ਜਿੱਥੇ ਜਿੱਥੇ ਇਹਨਾਂ ਦੇ ਧਾਰਕ ਸਮਾਨ ਲੱਗੇ ਵੀ ਉੱਥੇ ਜ਼ਰੂਰ ਆਪਣੇ ਦੋ ਦੋ ਬੰਦੇ ਰੱਖਣ ਜੀ। ਥੈਂਕ ਯੂ ਸਾਰਿਆਂ ਨੂੰ।